ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦੇ ਪੰਜਾਬ ਦੌਰੇ ਤੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਪੰਜਾਬ ਫੇਰੀ ਦੌਰਾਨ ਪੰਜਾਬ ਦੇ ਕਿਸੇ ਵੀ ਮੰਤਰੀ ਜਾਂ ਫਿਰ ਕਿਸੇ ਹੋਰ ਅਧਿਕਾਰੀ ਨੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ। ਪੰਜਾਬ ਸਰਕਾਰ ਵੱਲੋਂ ਅਣਗੌਲੇ ਕੈਨੇਡੀਅਨ ਰੱਖਿਆ ਮੰਤਰੀ ਸੱਜਣ ਨੂੰ ਗੁਆਂਢੀ ਸੂਬੇ ਹਰਿਆਣਾ ਨੇ ਹੱਥਾਂ ਉੱਤੇ ਚੁੱਕ ਲਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖੁਦ ਚੰਡੀਗੜ੍ਹ ਹਵਾਈ ਅੱਡੇ ਉੱਤੇ ਜਾ ਕੇ ਹਰਜੀਤ ਸਿੰਘ ਸੱਜਣ ਦਾ ਸਵਾਗਤ ਕੀਤਾ, ਉਹਨਾਂ ਨਾਲ ਮੀਟਿੰਗ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਕੈਨੇਡਾ ਨਾਲ ਆਪਸੀ ਸੰਬੰਧ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਤਹਿਤ ਇਹ ਮੁਲਾਕਾਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬਾਗਬਾਨੀ ਅਤੇ ਐਵੀਏਸ਼ਨ ਵਿੱਚ ਹਰਿਆਣਾ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਜਣ ਦੇ ਖਾਲਿਸਤਾਨੀ ਸਮਰਥਕ ਹੋਣ ਸੰਬੰਧੀ ਦਿੱਤੇ ਗਏ ਬਿਆਨ ਦੇ ਜਵਾਬ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਬਾਰੇ ਉਹ ਨਹੀਂ ਜਾਣਦੇ। ਯਾਦ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨ ਦਾ ਸਮਰਥਕ ਦੱਸ ਕੇ ਉਹਨਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਦੇਸ਼ ਵਿਦੇਸ਼ ਵਿੱਚ ਕੈਪਟਨ ਦੀ ਖਾਸੀ ਨੁਕਤਾਚੀਨੀ ਵੀ ਹੋਈ ਸੀ। देखिए, हमारे अभी जो कैनेडियन डिफेंस मिनिस्टर हैं सरदार हरजीत सिंह जी, और बड़ी अच्छी बात है कि वो इंडियन बॉर्न NRI हैं। उस प्रकार से हमारी बड़ी खुल करके बातचीत हुई, और उस बातचीत में उन्होंने अपना इन्वेस्टमेंट के नाते, निवेश के नाते से हरियाणा में अपना इंटरेस्ट शो किया, और काफ़ी बातचीत के मिले में से कई विषय निकले हैं, जिसके अंदर सिविल एविएशन का एक विषय निकला है। एविएशन के प्रोजेक्ट्स में बहुत इंटरेस्टेड हैं, स्किल डेवलपमेंट के इशू पर भी वो बहुत इंटरेस्टेड हैं, डिफेंस के कुछ इश्यूज के ऊपर भी उनकी ओर से एक ऑफर है, और इसी प्रकार से एजुकेशन के क्षेत्र में भी, स्मार्ट सिटीज़ का क्षेत्र, तो इन सब क्षेत्रों में हमारी जो बातचीत हुई है, प्रारंभिक बातचीत के बाद फॉलोअप मीटिंग्स बाद में होंगी, ताकि कैनेडियन कंपनीज जो हैं हरियाणा में आकर इन्वेस्ट करें, ये हमारी भी रुचि है, ताकि यहाँ हमारे लोगों को एम्प्लॉयमेंट भी मिले, और हरियाणा में एक प्रकार से हमारा जो इकोनॉमिक सिस्टम है उसमें कैनेडियन कंपनीज के द्वारा जो काम होंगे उसे निश्चित रूप से दोनों देशों को लाभ होगा।